ਨਿਰਮਾਣ ਦੀ ਵਿਮਾਰਦੀ 6ਵੀਂ ਮੰਜ਼ਲ ਤੋਂ ਪੈਰ ਫਿਸਲਣ ਦੇ ਨਾਲ ਡਿੱਗੇ ਸ਼ਖਸ ਦੀ ਤਰਦਨਾਕ ਮਾਤ ਹੋ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਇਥੇ ਕੰਮ ਕਰ ਰਿਹਾ ਸੀ 6ਵੀਂ ਮੰਜ਼ਲ ਦੇ ਉੱਤੇ ਏਸੀ ਦੇ ਪਾਈਪ ਨੂੰ ਫਿੱਟ ਕਰ ਰਿਹਾ ਸੀ ਜਿਸ ਦੌਰਾਨ ਉਸ ਦਾ ਪੈਰ ਤਿਲਕ ਗਿਆ ਅਤੇ ਉਹ ਹੇਠਾਂ ਡਿੱਗ ਗਿਆ ਗਰਦਨ ਦੀ ਹੱਡੀ ਟੁੱਟਣ ਦੇ ਕਾਰਨ ਉਸ ਦੀ ਮਾਤ ਹੋ ਗਈ ਇੱਥੇ ਚਸ਼ਮਦੀਦ ਨੇ ਦੱਸਿਆ ਹੈ ਕਿ ਉਸ ਦੇ ਬੱਚੇ ਛੱਤ ਤੇ ਖੇਡ ਰਹੇ ਸੀ ਤਾਂ ਸਾਮਣੇ ਹੀ ਇਸ ਇਮਾਰਤ ਦੇ ਵਿੱਚ ਕੰਮ ਚੱਲ ਰਿਹਾ ਸੀ ਤਾਂ ਬੱਚੇ ਵੱਲੋਂ ਹੀ ਦੇਖਿਆ ਜਾਂਦਾ ਹੈ ਕਿ ਇੱਕ ਮਜ਼ਦੂਰ ਕੰਮ ਕਰਦਾ ਹੋਇਆ ਹੀਠਾ ਡਿੱਗਿਆ ਜਿਸ ਤੋਂ ਬਾਅਦ ਬੱਚੇ ਦੇ ਵੱਲੋਂ ਸ਼ੋਰ ਮਚਾਇਆ ਜਾਂਦਾ ਰੋਲਾ ਪਾਇਆ ਜਾਂਦਾ ਹੈ ਲੋਕ ਇਕੱਠੇ ਹੁੰਦੇ ਨੇ ਅਤੇ ਜ਼ਖਮੀ ਮਜ਼ਦੂਰ ਨੂੰ ਈ ਰਿਕਸ਼ਾ ਦੇ ਵਿੱਚ ਪਾ ਕੇ ਉਸ ਨੂੰ ਹਸਪਤਾਲ ਲਿਜਾਇਆ ਜਾਂਦਾ ਜਿੱਥੇ ਡਾਕਟਰਾਂ ਦੇ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਜਾਂਦਾ ਹੈ ਲੋਕਾਂ ਦਾ ਕਹਿਣਾ ਹੈ ਕਿ ਜਿਸ ਦੌਰਾਨ ਇਹ ਮਜ਼ਦੂਰ ਡਿੱਗਿਆ ਤਾਂ ਉਸ ਦੇ ਸਰੀਰ 'ਚੋਂ ਲਗਾਤਾਰ ਖੂਨ ਵਹਿਣ ਲੱਗਿਆ ਅਤੇ ਉਸ ਦੀ ਗਰਦਨ ਦੀ ਹੱਡੀ ਵੀ ਟੁੱਟ ਚੁੱਕੀ ਸੀ ਵੱਡੀ ਗੱਲ ਇੱਥੇ ਸਾਹਮਣੇ ਆ ਰਹੀ ਹੈ ਕਿ 6ਵੀਂ ਮੰਜ਼ਲ ਤੇ ਕੰਮ ਕਰਦਿਆਂ ਦੌਰਾਨ ਇਸ ਮਜ਼ਦੂਰ ਦੇ ਵੱਲੋਂ ਸੇਫਟੀ ਬੈਲਟ ਨਹੀਂ ਪਹਿਨੀ ਗਈ ਸੀ ਜਿਸ ਕਰਕੇ ਇਹ ਹਾਦਸਾ ਵਾਪਰਿਆ। ਮ੍ਰਿਤਕ ਦੀ ਪਛਾਣ 19 ਸਾਲਾ ਨੀਰਜ ਤੇ ਵਜੋਂ ਹੋਈ ਹੈ ਜੋ ਕਿ ਇੱਥੇ ਮਜ਼ਦੂਰੀ ਕਰ ਰਿਆ ਸੀ ਏਸੀ ਦੀ ਪਾਈਪ ਫਿਟ ਕਰ ਰਿਆ ਸੀ। ਅਤੇ ਅਚਾਨਕ ਹੀ ਪੈਰ ਤਿਲਕਣ ਦੇ ਨਾਲ ਇਹ ਹਾਦਸਾ ਵਾਪਰ ਗਿਆ। ਉਧਰੇ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਜਿਸ ਮੌਲ ਦੀ ਉਸਾਰੀ ਹੋ ਰਹੀ ਹੈ ਤਾਂ ਹਾਦਸਾ ਵਾਪਰਨ ਤੋਂ ਕਈ ਘੰਟਿਆਂ ਬਾਅਦ ਵੀ ਇਸ ਇਮਾਰਤ ਦਾ ਮਾਲਕ ਇੱਥੇ ਨਹੀਂ ਪਹੁੰਚਿਆ। ਇਹ ਹਾਦਸਾ ਲੁਧਿਆਣਾ ਦੇ ਸ਼ਾਹਪੁਰ ਰੋਡ ਤੇ ਇੱਕ ਨਿਰਮਾਣधीन ਮੌਲ ਦੇ ਅੰਦਰ ਵਾਪਰਿਆ। ਜਿੱਥੇ ਮਜ਼ਦੂਰ ਕੰਮ ਕਰ ਰਿਹਾ ਸੀ ਮਹਿਜ਼ 19 ਸਾਲਾਂ ਦਾ ਇਹ ਨੌਜਵਾਨ ਸੀ ਜੋ ਇੱਥੇ ਕੰਮ ਕਰ ਰਿਹਾ ਸੀ ਤੇ ਉਸਦੇ ਨਾਲ ਇਹ ਦਰਦਨਾਕ ਹਾਦਸਾ ਵਾਪਰ ਗਿਆ ਉਸ ਦੀ ਮੌਤ ਹੋ ਗਈ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਉਧਰ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਮ੍ਰਿਤਕ ਦੇ ਮਾਪਿਆਂ ਦੇ ਵੱਲੋਂ ਵੀ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਹਾਂ ਜੀ ਸਰ ਕੀ ਨਾਮ ਹੈ ਮੇਰਾ ਨਾਮ ਰੋਬਿੰਡ ਚੁੱਕ ਹੈ ਜੀ ਸਰ ਇਹ ਕਿਹੜੀ ਜਗ੍ਹਾ ਤੇ ਕੀ ਹੋਇਆ ਹੈ ਸ਼ਾਹਪੁਰ ਰੋਡ ਮਹੱਲਾ ਸ਼ਾਹਜਾਦਾ ਇੱਥੇ ਬਿਜ਼ਨਸ ਕੇਅਰ ਇੱਕ ਮਾਲ ਬਣ ਰਿਹਾ ਹੈ ਅੱਜ 4:30-4:40 ਵਜੇ ਦੇ ਕਰੀਬ ਸਾਨੂੰ ਪਤਾ ਲੱਗਿਆ ਇੱਕ ਮਜ਼ਦੂਰ ਭਾਈ ਉਹ ਨੀਚੇ ਗਿਰ ਗਿਆ ਉਹ ਗਿਰ ਕੇ ਬਹੁਤ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਕਿੰਨੀ ਮੰਜ਼ਲ ਤੋਂ ਗਿਰਿਆ 6ਵੀਂ ਕੇ 7ਵੀਂ ਮੰਜ਼ਲ ਤੋਂ ਗਿਰਿਆ ਜੀ ਹਾਲਾਤ ਉਹਦੇ ਬਹੁਤ ਬੁਰੇ ਹਨ ਠੀਕ ਹੈ ਉਹਦਾ ਕਹਿੰਦੇ ਵੀ ਉਹਦਾ ਸਿਰ ਉਹਦੀ ਗਰਦਨ ਟੁੱਟ ਗਈ ਜੀ ਕਹਿੰਦੇ ਬਹੁਤ ਹੀ ਖੂਨ ਨਾਲ ਲਤਪਤ ਸੀ ਜੀ ਸਲਾਹ ਚੋਂ ਉਹਨੂੰ ਲੈ ਗਏ ਆਂ ਔਰ ਕਿਸੇ ਨੇ ਖਬਰ ਸਾਰ ਵੀ ਨਹੀਂ ਲਈ ਉਹਨਾਂ ਨੇ ਉਹਦੇ ਮਜ਼ਦੂਰ ਭਾਈ ਹੋਈ ਇੱਥੇ ਈ ਰਿਕਸ਼ਾ ਆਇਆ ਸੀ ਉਹਦੇ ਵਿੱਚ ਪਾ ਕੇ ਲੈ ਗਏ ਆਂ ਤੁਸੀਂ ਆਸ-ਪਾਸ ਵੀਡੀਓ ਕੈਮਰੇ ਉਸ ਚੈੱਕ ਕਰ ਸਕਦੇ ਹਾਂ ਉਹਦੇ ਵਿੱਚ ਉਹਨੂੰ ਲੈ ਕੇ ਗਏ ਜਿਹੜਾ ਮੋਲ ਬਣਾ ਰਿਹਾ ਵਾ ਮਾਲਿਕ ਆਇਆ ਸੀ ਉਹਨੇ ਨਹੀਂ ਅਸੀਂ ਨਹੀਂ ਦੇਖਿਆ ਜੀ ਕਿਸੇ ਨੇ ਜੋ ਇਲਾਕਾ ਨਿਵਾਸੀਆਂ ਦਾ ਕਹਿਣਾ ਠੀਕ ਹੈ ਤੇ ਇੱਥੇ ਜਿਹੜੇ ਮਜ਼ਦੂਰ ਕੰਮ ਕਰਦੇ ਨੇ ਉਹਨਾਂ ਨੇ ਕਦੀ ਸੇਫਟੀ ਪਰਪਸ ਕੋਈ ਪਾਈ ਹੁੰਦੀ ਏ ਇੱਦਾਂ ਅਸੀਂ ਰੈਗੂਲਰਲੀ ਇੱਥੋਂ ਲੰਘਦੇ ਹਾਂ ਅਸੀਂ ਅੱਜ ਤੱਕ ਨਹੀਂ ਇਹ ਚੀਜ਼ ਦੇਖੀ ਵੀ ਸੇਫਟੀ ਪਰਪਸ ਦੇ ਉਹਨਾਂ ਨੂੰ ਕੋਈ ਇਕੁਪਮੈਂਟ ਦਿੱਤੇ ਹੋਣ ਵੀ ਜਿਹਦੇ ਦੇ ਕਰਕੇ ਉਹ ਸੇਫ ਰਹਿਣ ਵੀ ਹਾਲਾਤ ਇੰਨੇ ਬੱਤਰ ਰਹਿ ਤੁਸੀਂ ਦੇਖ ਸਕਦੇ ਹੋ ਜਿਹੜਾ ਲਿਜਾ ਨਹੀਂ ਸਕੇ ਇੱਕ ਮਜ਼ਦੂਰ ਨੂੰ ਉਹ ਕਿਹਾ ਸੇਫਟੀ ਕਰਨਗੇ ਈ ਰਿਕਸ਼ਾ ਤੇ ਲੈ ਕੇ ਗਏ ਆ ਔਰ ਸਾਨੂੰ ਹਲੇ ਤੱਕ ਪਤਾ ਲੱਗ ਰਿਹਾ ਜੋ ਸੁਣਨ ਚਾਹ ਰਿਹਾ ਸਾਨੂੰ ਹਲੇ ਕਨਫਰਮ ਨਹੀਂ ਹੈ ਪਰ ਜੋ ਆਫੀਸ਼ੀਅਲੀ ਜਾਂ ਸਾੜ ਤੱਕ ਸੂਚਨਾ ਪਹੁੰਚੀ ਹੈ ਵੀ ਉਹ ਸ਼ਾਇਦ ਇੱਥੇ ਰਹਿ ਵੀ ਨਹੀਂ ਮਜ਼ਦੂਰ ਭਾਈ ਵਿਚਾਰਾ ਕੀ ਹੋਇਆ ਮਰ ਗਿਆ ਲੱਗ ਰਿਹਾ ਜੀ ਸੁਣਨ ਚ ਇਹੀ ਆ ਰਿਹਾ ਵੀ ਉਹ ਨਹੀਂ ਰਿਹਾ ਮੈਂ ਆਪਣੇ ਮੂੰਹ ਤਾਂ ਨਹੀਂ ਇਹ ਕਹਿਣਾ ਚਾਹੁੰਦਾ ਕਿਉਂਕਿ ਸਾਨੂੰ ਕਨਫਰਮ ਨਹੀਂ ਹੈ ਪਰ ਸੁਣਨ ਚ ਇਹ ਆ ਰਿਹਾ ਉਹ ਵਿਚਾਰਾ ਇਸ ਦੁਨੀਆ ਤੇ ਰਿਹਾ ਵੀ ਨਹੀਂ ਇਹ ਜਿਹੜੀ ਜਿਹੜੀ ਆ ਮਾਲ ਬਣ ਰਿਹਾ ਕਿੰਨੇ ਟਾਈਮ ਤੋਂ ਬਣ ਰਿਹਾ ਇਹਨੂੰ ਦੋ ਡੇਢ ਦੋ ਸਾਲ ਹੋ ਗਏ ਜੀ ਲੋਕਡਾਊਨ ਤੋਂ ਚੱਲ ਰਿਹਾ ਹੈ ਲੋਕਡਾਊਨ ਤੇ ਹੀ ਚੱਲ ਰਿਹਾ ਹੈ ਪਰ ਇਹਨਾਂ ਨੂੰ ਇਹ ਚਾਹੀਦਾ ਵੀ ਜਿਹੜੇ ਮਜ਼ਦੂਰ ਇੱਥੇ ਲੱਗੇ ਆ ਜਾਂ ਕੋਈ ਵੀ ਹੈ ਵੀ ਪ੍ਰਸ਼ਾਸਨ ਨੂੰ ਇਹ ਚਾਹੀਦਾ ਵੀ ਉਹ ਨਿਰੀਖਣ ਜ਼ਰੂਰ ਕਰਨ ਵੀ ਕਿ ਆ ਸਭ ਨੂੰ ਈਕਿਪਮੈਂਟ ਦਿੱਤੇ ਗਏ ਆ ਸੇਫਟੀ ਪਰਪਸ ਲਈ ਜੀ ਕੀ ਨਾਮ ਹੈ ਤੁਹਾਡਾ ਪਵਨ ਕੁਮਾਰ ਸ਼ਰਮਾ ਕਿਹੜਾ ਇਲਾਕਾ ਮਲ社ਜਦਾ ਸ਼ਾਹ ਪਰੌਲ ਨੂੰ ਜਾਣਾ ਕੀ ਹੋਇਆ ਜੀ ਅੱਜ ਸ਼ਾਮੀ 4:30 ਵਜੇ ਨਾ ਇੱਕ ਲੇਬਰ ਦਾ ਬੰਦਾ ਉੱਪਰੋਂ ਡਿੱਗਿਆ ਕਿੰਨੀ ਮੰਜ਼ਿਲ ਤੇ 7 6ਵੀਂ ਤੋਂ ਅੱਛਾ ਉਹ ਕੰਮ ਕਰਦੇ ਕਰਦੇ ਥਲੇ ਡਿੱਗ ਗਿਆ ਤੇ ਡਿੱਗਿਆ ਤਾਂ ਬਹੁਤ ਬੁਰੀ ਆਉਂਦੀ ਹਾਲਤ ਸੀ ਜੀ ਜਦੋਂ ਉਹਨੂੰ ਲੈ ਕੇ ਗਏ ਨੇ ਤਾਂ ਲੈ ਕੇ ਵੀ ਉਹਨੂੰ ਡਿਵਲ ਵਾਲੇ ਦੇ ਨੇ ਤਾਂ ਅੱਛਾ ਮਤਲਬ ਕਿ ਇਰਿਸ਼ਕਾ ਦੇ ਵਿੱਚ ਅੱਛਾ ਤਾਂ ਉਸ ਤੋਂ ਬਾਅਦ ਕੋਈ ਪਤਾ ਨਹੀਂ ਲੱਗਿਆ ਕੋਈ ਕਿਸੇ ਨੇ ਉਹਦੀ ਸਹਾਇਤਾ ਵੀ ਨਹੀਂ ਲਈ ਤੇ ਠੀਕ ਹੈ ਤੇ ਇਹ ਜੇ ਮੋਲ ਮਤੇ ਕਿੰਨੇ ਦਿਨ ਤੋਂ ਬੰਦੇ ਰਿਹਾ ਇਹ 3 ਸਾਲ ਤੋਂ ਅੱਛਾ ਤੇ ਜਿਹੜੇ ਇੱਥੇ ਮਜ਼ਦੂਰ ਕੰਮ ਕਰਦੇ ਪਏ ਨੇ ਉਹਨਾਂ ਨੇ ਕੋਈ ਸੇਫਟੀ ਸੂਫਟੀ ਪਰਪਸ ਉਹਨਾਂ ਨੇ ਮੱਥੀ ਚੀਜ਼ਾਂ ਪਾਈਆਂ ਹੁੰਦੀਆਂ ਕੋਈ ਨਹੀਂ ਪਾਈਆਂ ਹੁੰਦੀ ਕੁਝ ਵੀ ਨਹੀਂ ਪਾਇਆ ਕੀ ਉਹ ਹੈਲਮਟ ਨਹੀਂ ਪਾਇਆ ਹੁੰਦਾ ਕੋਈ ਬੈਲਟ ਨਹੀਂ ਬੰਨੀ ਹੁੰਦੀ ਕੁਝ ਨਹੀਂ ਬੰਨਦਾ ਉਹਦੀ ਕੰਮ ਕਰਦੇ ਉਹਦੇ ਹੀ ਕਰਦੇ ਨੇ ਤੇ ਕੋਈ ਪੁੱਛ ਪੁੱਛਣ ਵਾਲਾ ਵੀ ਨਹੀਂ ਨਾ ਜੀ ਨਾ ਨਾ ਜੀ ਨਾ ਜਿਹੜਾ ਹੁਣ ਅੱਜ ਵਾਕਿਆ ਮਾਹੌਲ ਕਿਦਾਂ ਇਲਾਕੇ ਦੇ ਵਿੱਚ دہشت ਹੈ دہشت ਹੈ ਬੱਚੇ ਸਭ ਨੇ ਸਭ ਨੇ ਦੇਖਿਆ ਆਸ-ਪਾਸ ਸਭ ਨੇ ਦੇਖਿਆ ਡਰੇ ਪਏ ਹਾਂ ਜੀ ਡਰੇ ਪਏ ਨੇ ਉਹ ਕੋਣ ਲੋ ਕੋਣ ਸੀ ਕਿ ਸਾਰਾ ਜਿਹੜਾ ਉਹ ਬੰਦਾ ਡਗਿਆ ਨਾ ਕੋਣੋਂ ਕੋਣ ਸੀ ਬਿਲਕੁਲ ਅੱਛਾ ਤੇ ਮੁੰਡਾ ਮੁੰਡਾ ਸਹੀ ਆ ਹੁਣ ਮੁੰਡਾ ਸਹੀ ਨਹੀਂ ਜੀ ਕਹਿੰਦੇ ਹਸਪੀਟਲ ਦਾਖਲ ਹੈ ਵੀ ਸੁਣਨ ਜਿਆ ਰਹੇ ਵੀ ਡੈਥ ਹੋ ਗਈ ਹੈ ਮੇਰੇ ਕੋਲ ਨਹੀਂ ਸਰ ਅਰਚਾਉਦੀ ਗਾਜੋ ਹੋਇਆ ਕੀ ਹੈ ਹੋਇਆ ਗਿਆ ਕੰਮ ਕਰ ਰਿਹਾ ਸੀ ਕਰੀਬ 2 ਮਹੀਨਿਆਂ ਤੋਂ ਲਗਾਤਾਰ ਇਥੇ ਅੱਛਾ ਜੀ ਠੀਕ ਹੈ ਤੇ ਇਹਨਾਂ ਦਾ ਕੋਈ ਠੇਕਾ ਟੁਕਾ ਲਿਆ ਹੋਇਆ ਇਥੇ ਜੀ ਇਸੇ ਕਰਕੇ 2 ਮਹੀਨ ਲਗਾਤਾਰ ਸਵੇਰੇ 10 ਵਜੇ ਆਇਆ ਹੈ ਜੀ ਆਪਣੇ ਕੰਮ ਤੇ ਲੱਗ ਗਿਆ ਠੀਕ ਹੈ ਜੀ 4:30 ਵਜੇ ਹੋਊਗਾ ਜੀ ਵੀ ਉੱਤੇ ਕੰਮ ਕਰ ਰਿਹਾ ਸੀ ਅਚਾਨਕ ਕੋਈ ਸੇਫਟੀ ਰੱਸੀ ਟੁੱਟੀ ਹੈ ਕੀ ਹੋਇਆ ਦਾ ਉੱਤੇ ਜੀ ਮੰਜ਼ਲ ਤੋਂ ਡਿੱਗ ਪਿਆ ਠੀਕ ਹੈ ਤੇ ਇਹਦਾ ਸਰ ਨਾਮ ਕੀ ਦੱਸਿਆ ਗਿਆ ਜੀ ਨਾ ਨੀਰਜ ਮਹਿਮੀ ਨੀਰਜ ਮਹਿਮੀ ਜੀ ਇਹ ਇਹ ਸਰ ਮਤਲਬ ਹੁਣ ਠੀਕ ਹੈ ਕਿ ਚਲਾ ਗਿਆ ਨਹੀਂ ਉਹ ਐਕਸਪਾਇਰ ਹੋ ਗਿਆ ਐਕਸਪਾਇਰ ਹੋ ਗਿਆ ਤੇ ਇਹਨੂੰ ਸਰ ਕਿਹੜੇ ਹਸਪੀਟਲ ਲੈ ਕੇ ਗਏ ਸੀ ਸੀਐਮਸੀ ਹਸਪੀਟਲ ਲੈ ਕੇ ਗਏ ਸੀ ਉਹਨਾਂ ਨੇ ਈਸੀਜੀ ਕਰਕੇ ਦੇਖਿਆ ਜਾਂਦੇ ਉਹਨਾਂ ਨੇ ਮਰਤ ਕਰਾਰ ਦਿੱਤਾ ਤੇ ਸਰ ਸੇਫਟੀ ਵਗੈਰਾ ਕੋਈ ਯੂਜ਼ ਨਹੀਂ ਕੀਤੀ ਸੀ ਉਸਨੇ ਕੀਤੀ ਹੈ ਸੇਫਟੀ ਤੁਹਾਨੂੰ ਸਾਹਮਣੇ ਹੀ ਪਈ ਹੈ ਤੇ ਰੱਸੀ ਟੁੱਟ ਗਈ ਸੇਫਟੀ ਟੁੱਟ ਗਈ ਇਹਦੇ ਇਹ ਹੈਲਮਟ ਵੀ ਲਾਇਆ ਸੀ ਕਿਹੜੀ ਮੰਜ਼ਲ ਤੋਂ ਗਿਰਿਆ ਸਰ ਇਹ ਟੋਟਲ ਤਾਂ 5-6 ਮੰਜ਼ਲ ਬਣ ਜਾਂਦੀ ਆ ਉਹ ਤਿੰਨ ਬੀਸਮੈਂਟ ਹੈ ਦੀ ਆ ਜੀ ਜੀ ਤਿੰਨ ਉੱਤੇ ਹੈਗੀ ਇਹ ਸਰ ਇਹ ਕਿਹੜੀ ਜਗ੍ਹਾ ਦੀ ਘਟਨਾ ਹੈ ਇਹ ਇਹ ਹੈਗੀ ਸ਼ਾਹਪੁਰ ਰੋਡ ਨੇੜੇ ਸਮਾਨੀ ਬਿਲਡਿੰਗ ਤੇ ਜਿਹੜਾ ਮਾਲਕ ਹੈ ਬਿਲਡਿੰਗ ਦਾ ਸਰ ਉਹ ਉਹਨੂੰ ਦੱਸਿਆ ਗਿਆ ਕਿ ਤੇਰੀ ਬਿਲਡਿੰਗ 'ਚ ਹਾਸਾ ਹੋਇਆ ਤਾਂ ਉਹ ਤਾਂ ਇਹਨਾਂ ਨੂੰ ਪਤਾ ਮਾਲਕ ਤਾਂ ਕੋਈ ਹੈ ਹੀ ਨਹੀਂ ਮੇਖਲ ਕਿਹੜਾ ਕੋਣ ਹੈ ਦਸਤਾ ਦੇ ਦਿੱਤਾ ਹੋਣਾ ਇਹਨਾਂ ਨੇ ਬਿਲਡਿੰਗ ਕਿਸ ਦੀ ਹੈ ਸਾਰੇ ਬਿਲਡਿੰਗ ਦਾ ਧਿਆਨ ਨਹੀਂ ਮੈਨੂੰ ਇਸ ਬਾਰੇ ਜਿੱਦ ਤੱਕ ਸਵੇਰੇ ਪਤਾ ਲੱਗੂ ਕੀ ਦੀ ਹੈ ਕੋਈ ਕੰਮ ਚੱਲ ਰਿਹਾ ਤਾਂ ਮਾਲਕ ਦਾ ਇੱਥੇ ਕਿਹੜਾ ਹੋਊਗਾ ਸਵੇਰੇ ਬੁਲਾ ਲਾਂਗੇ ਜੀ ਕਿਹੜੇ ਠੇਕੇਦਾਰਾ ਮੌਜੂਦਾ ਹੈ ਜਾਂ ਕੋਈ ਨਹੀਂ ਹੈ ਤੇ ਮਿਸਤਰੀ ਹੈਗੇ ਦੋ ਬੱਚੇ ਜੋ ਜਿਹੜੇ ਕੰਮ ਕਰ ਰਹੇ ਸੀ ਏਸੀ ਦੀ ਫਿਟਿੰਗ ਦਾ ਉਹ ਦੂਜਾ ਹੈਗਾ ਮੁੰਡਾ ਬੂਟਾ ਸਿੰਘ ਜੀ ਨੇ ਦਾਖਲ ਦੁਖਲ ਕਰਾਇਆ ਉਹ ਹੀ ਚੱਕੇ ਲੈ ਗਿਆ ਕਿਸ ਨੇ ਏਸੀ ਦੀ ਫਿਟਿੰਗ ਕਰਦੇ ਸਵੇਰੇ ਏਸੀ ਦੀ ਫਿਟਿੰਗ ਕਰ ਰਹੇ ਠੀਕ ਸਾਰਾ